हाँ जी वीर जी, मैं जिंदर सिंह जी। श्री वाहेगुरू जी का खालसा, श्री वाहेगुरू जी की फतेह। मैं इस टाइम खड़ा जी दलोदे थाने दे विच। जिहड़ा छोटी साधरी तो रस्ता आ रहा, किलोमीटर के पिछे इन्होंने बाइक बुक रोकते सी, नाका लाया होया सीगा, गड्डी स्पीड ते सी, हाथ दिता, गड्डी थोड़ी अगे निकल गई है। ठीक है जी, गड्डी थोड़ी अगे निकल गई है और मेरे मगरों गड्डी अगे निकलदा सारी बाइक ते दो बंदे आए ने, एक सिविल च आ, एक बंदे ते वर्दी पाई हुई है ट्रैफिक पुलिस दी, लेकिन उहदे कोई अपना कोई लगा नहीं है स्टार्ट सूट, ना नूं उहदे ते कुछ नहीं लिखा हुआ सी, जां बेल्ट नहीं लगी हुई सी। साडी वीडियो लगे आ बनाउण, मैं गड्डी साइड ते लाती है। मैं कहा दसो जी की गल आ, ते इदां करदिआं सारी तुमने गाड़ी भगाई है। मैं कहा नहीं नहीं, गाड़ी मैं बाबू जी कहां से भगाया, हमारे को पता नहीं चला जी। ठीक है जी, ਉਹ ਕਰਦਿਆਂ ਸਾਰੀ ਇਹਨਾਂ ਨੇ ਮੇਰੇ ਉਹ ਜਿਹੜਾ ਸਿਵਲ ਦੇ ਵਿੱਚ ਆ ਉਹ ਮੇਰੇ ਕੇਸਾਂ ਨੂੰ ਅਤੇ ਦਾੜ੍ਹੀ ਨੂੰ ਹੱਥ ਪਾਉਣ ਲੱਗਿਆ। ਮੈਂ ਉਹਨੂੰ ਆਖਿਆ ਪਿੱਛੇ ਹੋ ਕੇ ਗੱਲ ਕਰ ਵੀਰ ਜੀ, ਲੇਕਿਨ ਜੋ ਹੈ ਕੋਈ ਗੱਲ ਨਹੀਂ, ਇੱਦਾਂ ਦਾ ਵੀ ਹੈ ਕਿ ਗੱਲ ਕਰ ਲੈਂਦੇ ਹਾਂ। ਉਹ ਕੇਸਾਂ ਨੂੰ ਜਦੋਂ ਦਾੜ੍ਹੀ ਨੂੰ ਮੇਰੇ ਨੂੰ ਹੱਥ ਪਾਉਣ ਲੱਗਿਆ ਤਾਂ ਆਪਣੇ ਗੱਡੀ ਦੇ ਵਿੱਚ ਤਲਵਾਰ ਪਈ ਹੋਈ ਸੀ। ਠੀਕ ਹੈ ਜੀ, ਮੈਂ ਉਹ ਵੈਸੇ ਤਲਵਾਰ ਕੱਢ ਕੇ ਰੱਖ ਲਈ। ਮੈਂ ਕਿਹਾ ਵੀ ਮੇਰੇ ਤੋਂ ਕੇਸਾਂ ਨੂੰ ਹੱਥ ਨਾ ਪਾਈ, ਔਰ ਜਿਹੜਾ ਤੂੰ ਚਲਾਨ ਕਰਨਾ ਕਰ ਦੇ, ਕੁਛ ਵੀ ਹੈਗਾ ਤੇਰਾ, ਮੈਂ ਗੱਡੀ ਵਾਪਸ ਲੈ ਜਾਂਦਾ। ਜਦੋਂ ਮੈਂ ਤਲਵਾਰ ਕੱਢੀ ਉਹ ਪਿੱਛੇ ਹਟ ਗਏ, ਅਸੀਂ ਉੱਥੋਂ ਗੱਡੀ ਸਲਫ ਮਾਰ ਕੇ ਤੁਰ ਪਏ ਹਾਂ। ਉਹਨਾਂ ਨੇ ਵੀਰ ਜੀ ਸਾਨੂੰ ਆ ਕੇ ਦਲੋਦੇ ਥਾਣੇ 'ਚ ਬੰਦ ਕਰ ਦਿੱਤਾ ਜੀ। ਦਲੋਦੇ ਥਾਣੇ 'ਚ ਮੰਦਸੌਰ ਤੋਂ ਆ ਕੇ ਟ੍ਰੈਫਿਕ ਪੁਲਿਸ ਵਾਲੇ ਸਾਨੂੰ ਦਲੋਦੇ ਥਾਣੇ 'ਚ ਬੰਦ ਕਰਾ ਗਏ ਨੇ। ਠੀਕ ਹੈ, ਆਹ ਮੇਰਾ ਗੱਡੀ ਨੰਬਰ ਹੈ ਵੀਰ ਜੀ। ਬੜਾ ਧੱਕਾ ਹੋਈ ਜਾਂਦਾ ਹੁਣ ਸਾਡੇ ਨਾਲ। ਹੁਣ ਇੱਕ ਸਿੱਖ ਬੰਦਾ ਆ ਜਿਹੜਾ ਉਹ ਤਲਵਾਰ ਨਹੀਂ ਕੱਢ ਸਕਦਾ, ਜਦੋਂ ਉਹਦੀ ਦਾੜ੍ਹੀ ਨੂੰ ਜਾਂ ਕੇਸਾਂ ਨੂੰ ਪਹਿਣਗੇ ਤਾਂ ਉਹ ਵੀ ਆਪਾਂ ਉਹਦੇ 'ਤੇ ਕੱਢ ਕੇ ਮਿਆਨ 'ਚੋਂ ਹਲਰਾਈ ਨਹੀਂ ਜਾਂ ਕੋਈ ਕਿੱਦਾਂ ਦੀ ਹੈ। ਕੋਲੇ ਮੈਂ ਰੱਖੀ ਹੈ, ਮੈਂ ਕਿਹਾ ਹੱਥ ਨਾ ਪਾਇਓ, ਪਿੱਛੇ ਅੜ ਗਏ ਨੇ ਉਹ, ਅਤੇ ਉਹਨਾਂ ਨੂੰ ਕਹਿ ਜੋ ਤੁਹਾਡਾ ਬਣਦਾ ਸਾਡਾ ਚਲਾਨ ਕਰ ਦਿਓ, ਜਾਂ ਸਾਡੇ ਕਾਗਜ਼ਾਂ 'ਚ ਗੱਡੀ 'ਚ ਕਮੀ ਹੈਗੀ ਕੋਈ ਤਾਂ ਦੱਸੋ। ਠੀਕ ਹੈ ਜੀ ਵੀਰ ਜੀ, ਲੇਕਿਨ ਇਹ ਬੰਦੇ ਹੁਣ ਕਹਿ ਰਹੇ ਆ ਅਸੀਂ ਤੈਨੂੰ ਥਾਣੇ ਦੇਣਾ ਵਾ, ਅਤੇ ਤੇਰੇ ਤੂੰ ਤਲਵਾਰ ਸਾਡੇ 'ਤੇ ਕੱਢੀ ਹੈ, ਭਾਰੀ ਪੈ ਗਏ ਨੇ ਮੇਰੇ 'ਤੇ, ਅਸੀਂ ਇਕੱਲੇ ਬੰਦੇ ਹਾਂ, ਸਾਡਾ ਪ੍ਰਦੇਸ਼ 'ਚ ਕੋਈ ਹੈ ਨਹੀਂ ਗਾ ਇੱਥੇ ਜੀ। ਇਹ ਹੈ ਜੀ ਮੰਦਸੌਰ ਟ੍ਰੈਫਿਕ ਪੁਲਿਸ ਆ, ਬਾਈਪਾਸ 'ਤੇ ਮੰਦਸੌਰ ਟ੍ਰੈਫਿਕ ਪੁਲਿਸ, ਅਤੇ ਦਲੋਦੇ ਥਾਣੇ 'ਚ ਸਾਨੂੰ ਇਹਨਾਂ ਨੇ ਬੰਦ ਕੀਤਾ ਜੀ। ਠੀਕ ਹੈ ਜੀ, ਹੁਣ ਇਹ ਸਾਨੂੰ ਰਾਤ ਨੂੰ ਇੱਥੋਂ, ਯਾਨੀ ਕਿ ਜੀ ਕਹਿੰਦੇ ਵੀ ਤੁਹਾਨੂੰ ਮੰਦਸੌਰ ਛੱਡ ਕੇ ਆਵਾਂਗੇ, ਸਵੇਰੇ ਤੁਹਾਡੇ ਜ਼ਮਾਨਤ ਲੱਗੂਗੀ ਜਾਂ ਕਿਵੇਂ ਹੋਊਗਾ ਜੀ। ਆਹ ਹੀ ਹੈ ਜੀ ਬਾਬਾ ਜੀ, ਸਾਡੀ ਵੱਧ ਤੋਂ ਵੱਧ ਕੋਈ ਨਾ ਕੋਈ ਇੱਥੇ ਕੋਸ਼ਿਸ਼ ਕੀਤੀ ਜਾਵੇ ਜੀ, ਸਾਡਾ ਬਾਹਰ ਪ੍ਰਦੇਸ਼ ਦੇ ਵਿੱਚ ਕੋਈ ਵੀ ਨਹੀਂ ਹੈਗਾ ਜੀ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।